एडवोकेट जनरल नवजोत सिंह सिद्धू ने जवाब दिता है। सिद्धू ने कहा है कि मिस्टर एजी कानून अन्ना हो सकता है पर पंजाब के लोग नहीं। साड़ी कांग्रेस पार्टी इंसाफ के वादे नाल सत्ता में आई सी ते बेदबी विच इंसाफ के वादे नाल असी सत्ता दे विच आए सी। हुण दस दईए कि बीते कल एजी दे वल्लों नवजोत सिंह सिद्धू ते वड्डे इल्जाम लगाए गए सन। पंजाब दे एडवोकेट जनरल एपीएस दियोल ने सिद्धू ते चुटकी लई सी। उन्होंने कहा सी कि सिद्धू अपनी सियासत चमकाउण दे लई नशियां अते बेदबी दे मामलों विच गुमराह कुन प्रचार कर रहे ने। ਸਾਡੇ ਨਾਲ ਸਾਡੇ ਬਿਊਰੋ ਚੀਫ ਨਿਤਿਕਾ ਮਹੇਸ਼ਵਰੀ ਜੁੜ ਗਏ ਨੇ ਜੀ। ਨਿਤਿਕਾ, ਕੀ ਕੁਝ ਜਾਣਕਾਰੀ ਹੈ? ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਪਹਿਲਾਂ APS ਦਿਓਲ ਦੇ ਵੱਲੋਂ ਕਿ ਬੀਤੇ ਕੱਲ ਸਿੱਧੂ ਤੇ ਸਵਾਲ ਚੁੱਕੇ ਗਏ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਹੈ APS ਦਿਓਲ ਤੇ ਸਵਾਲ ਚੁੱਕ ਦਿੱਤੇ ਨੇ। बिल्कुल अनुवीर, कहना गलत नहीं होएगा कि ये वार पलटवार का सिलसिला हले जल्दी रुकन नहीं वाला, क्योंकि पंजाब दे एजी फिलहाल APS दियोली ही ने उन्हों का इस्तीफा भी जड़ा हले तक मंजूर नहीं होया। तो तुसी देखोगे कि पहला ही नवजोत सिंह सिद्धू ने जो रिजाइन दिता सी 28 सितंबर नू, उन्हों वालों एक वीडियो जारी किया गया सी, स्टेटमेंट दित्तियां गया सी कि पंजाब दे विच जो तक AG ते DGP रहणगे उदों तक वह अपना जड़ा उन्होंने इसलिए इस्तीफा दिता है, ये जानकारी उन्होंने वालों दी गई सी। हालांकि दो दिन पहला एक प्रेस कॉन्फ्रेंस नवजोत सिंह सिद्धू वालों की गई तो कहा गया कि मैं अपना इस्तीफा वापस ले लिया पर मैं उदों तक अपना ऑफिस ज्वाइन नहीं करूंगा जब तक AG नवे AG जिहड़े ने उह ज्वाइन नहीं करते। उस तो बाद AG वालों एक स्टेटमेंट कल इशू की गई सी, कहा गया सीगा कि पोलीटिकल माइलेज लैन लई, पोलीटिकल गेन जिहड़ा है कर लैन लई, जिहड़ी कॉन्स्टिट्यूशनल फंक्शनिंग है AG ऑफिस की उस दे विच इंटरफेयर कर रहे ने, उस दे विच रिकावट पा रहे ने नवजोत सिंह सिद्धू। ये उन्हां वल्लों एक स्टेटमेंट जारी की गई सी, उसते हुण अज नवजोत सिंह सिद्धू वल्लों 12 ट्वीट किए गए ने। उन्हां वल्लों AG ते कई सवाल जिहड़े हैं वो इस ट्वीट के जरिए पूछे गए ने। नाल ही कहा गया है कि कानून अन्ना हो सकता है पर पंजाब दे लोग अन्ने नहीं ने। ये तक कहा गया कि जदों 5 अक्टूबर नू ड्रग्स केस ते सुनवाई हुई सी, जो कोर्ट ने कहा कि थोनू कौन रोक रहा है SGF दी रिपोर्ट ओपन करन नू लेके, ते SGF दी रिपोर्ट च जेड़े ना ने उन्हां ते कारवाई करन ते, ਤਾਂ AG APS ਦਿਓਲ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਤੱਕ ਕੋਰਟ ਸਾਨੂੰ ਪਰਮਿਸ਼ਨ ਨਹੀਂ ਦਿੰਦੀ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ AG ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਤੁਸੀਂ ਆਰੋਪੀਆਂ ਲਈ ਪੇਸ਼ ਹੁੰਦੇ ਰਹੇ, ਉਹਨਾਂ ਨੂੰ ਤੁਸੀਂ ਬੇਲ ਦਵਾਈਆਂ, ਕੀ ਤੁਸੀਂ ਉਸਨੂੰ ਚੈਲੰਜ ਕਰਨ ਲਈ ਹੁਣ ਕੁਝ ਕੀਤਾ ਹੈ? ਪਰ ਦੇਖਿਆ ਜਾਵੇ ਤਾਂ ਬਾਰ ਬਾਰ ਨਵਜੋਤ ਸਿੰਘ ਸਿੱਧੂ ਇਹ ਸਵਾਲ ਚੁੱਕ ਰਹੇ ਨੇ ਕਿ ਜਦੋਂ ਤੁਸੀਂ ਪਹਿਲਾਂ ਆਰੋਪੀਆਂ ਵੱਲੋਂ ਪੇਸ਼ ਹੁੰਦੇ ਰਹੇ, ਹੁਣ ਤੁਸੀਂ ਸਰਕਾਰ ਵੱਲੋਂ ਪੇਸ਼ ਹੋਵੋਗੇ ਤਾਂ ਕਿਵੇਂ ਤੁਸੀਂ ਜਸਟੀਫਾਈ ਕਰ ਪਾਓਗੇ ਆਪਣੀ ਜੌਬ ਨੂੰ, ਕਿਵੇਂ ਜਸਟੀਫਾਈ ਕਰ ਪਾਓਗੇ? ਇਹ ਤੱਕ ਤਾਂ ਇੰਝ ਕਸਿਆ ਗਿਆ ਕਿ ਪਹਿਲਾਂ ਤੁਸੀਂ ਆਰੋਪੀਆਂ ਵੱਲੋਂ ਪੇਸ਼ ਹੋ ਰਹੇ ਸੀ, ਹੁਣ ਤੁਸੀਂ ਸਰਕਾਰ ਵੱਲੋਂ ਪੇਸ਼ ਹੋ ਰਹੇ ਹੋ, ਜਲਦੀ ਤੁਸੀਂ ਜੱਜ ਬਣ ਕੇ ਇਸ ਕੇਸ ਨੂੰ ਵੀ ਡਿਸਾਈਡ ਕਰ ਦੋਗੇ। ਪਰ AG ਪੰਜਾਬ ਸਾਫ ਤੌਰ ਤੇ ਕਹਿੰਦੇ ਨੇ ਕਿ ਉਹਨਾਂ ਦਾ ਹੀ ਪ੍ਰੋਫੈਸ਼ਨ ਹੈ, ਜੇ ਕੋਈ ਵੀ ਪਟੀਸ਼ਨਰ ਆਏਗਾ ਜਾਂ ਕੋਈ ਵੀ ਸ਼ਖਸ ਆਏਗਾ ਕੇਸ ਲਈ, ਉਹ ਉਹਨਾਂ ਦਾ ਪ੍ਰੋਫੈਸ਼ਨ ਹੈ, ਉਹਨਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਉਸ ਵੱਲੋਂ ਲੜਨਾ ਹੈ ਜਾਂ ਨਹੀਂ ਲੜਨਾ ਹੈ। ਇਸ ਤਰ੍ਹਾਂ ਤਾਂ ਜੇ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਵੀ ਪਹਿਲਾਂ BJP ਦੇ ਵਿੱਚ ਰਹੇ ਨੇ 14 ਸਾਲ ਤੇ ਹੁਣ ਕਾਂਗਰਸ ਦੇ ਵਿੱਚ ਨੇ, ਤੇ ਕੀ ਹੁਣ ਉਹ ਜਸਟੀਫਾਈ ਨਹੀਂ ਕਰ ਪਾ ਰਹੇ ਕਾਂਗਰਸ ਦੇ ਨਾਲ? ਤਾਂ ਕਹਿ ਸਕਦੇ ਹੈ ਵਾਰ ਪਲਟਵਾਰ ਦਾ ਸਿਲਸਿਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ। ਨਿਤਿਕਾ, ਅਜੇ ਤੱਕ ਕਾਂਗਰਸ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ APS ਦਿਓਲ ਦਾ, ਅਜੇ ਤੱਕ ਉਹ ਪੰਜਾਬ ਦੇ ਐਡਵੋਕੇਟ ਜਨਰਲ ਨੇ, ਪਰ ਉਹ ਖੁੱਲ੍ਹ ਕੇ ਬੋਲਦੇ ਨੇ ਕਿ ਜਦੋਂ ਕਿਸੇ ਸਿਆਸੀ ਸ਼ਹਿਰ ਤੇ ਬਿਆਨਬਾਜ਼ੀ ਹੋ ਰਹੀ ਹੈ। ਬਿਲਕੁਲ, ਦੇਖੋ APS ਦਿਓਲ ਦੀ ਸਿਆਸੀ ਸ਼ਹਿ ਤੇ ਨਹੀਂ, ਜਦੋਂ ਕਿਸੇ ਸ਼ਖਸ ਤੇ ਤੁਸੀਂ ਅੰਨੇ ਕੁਐਸਚਨ ਚੁੱਕੋਗੇ, ਉਹਦੇ ਪ੍ਰੋਫੈਸ਼ਨ ਤੇ ਚੁੱਕੋਗੇ, ਤਾਂ ਉਹ ਓਬਵੀਅਸਲੀ ਹੈ ਕਿ ਇਸ ਸਾਰੇ ਜਵਾਬ ਦੇਣਗੇ। ਦੇਖੋ APS ਦਿਓਲ ਤੋਂ ਕੱਲ ਵੀ ਅਸੀਂ ਜਦੋਂ ਪੁੱਛਿਆ ਸੀਗਾ AG ਪੰਜਾਬ ਤੋਂ ਕਿ ਤੁਸੀਂ ਕੋਈ ਹੋਰ ਸਟੇਟਮੈਂਟ ਦੇਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਪੋਲੀਟਿਕਸ 'ਚ ਨਹੀਂ ਪੈਣਾ ਚਾਹੁੰਦਾ। ਸੈਕਰੀਲੇਜ ਕੇਸਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਕੋਰਟ ਪ੍ਰੋਸੀਡਿੰਗ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ। ਡਰੱਗਸ ਕੇਸ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਅਪੀਲ ਪਾਈ, ਚਾਹੇ ਉਹ SIT ਦੀ ਰਿਪੋਰਟ ਹੋਵੇ ਜਾਂ SGF ਦੀ ਰਿਪੋਰਟ ਹੋਵੇ, ਉਹਨਾਂ ਦੋਵਾਂ ਨੂੰ ਖੋਲ੍ਹਣ ਵਾਸਤੇ ਅਸੀਂ ਹਾਈਕੋਰਟ ਦਾ ਰੁਖ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ AG ਆਫਿਸ ਦਾ ਕੰਮ ਹੈ ਉਹ ਆਪਣਾ ਕੰਮ ਕਰ ਰਿਹਾ ਹੈ, ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਜਿਹੜਾ ਕੰਮ ਹੈ ਉਹ ਕਰ ਰਹੀ ਹੈ। ਪਰ ਨਵਜੋਤ ਸਿੰਘ ਸਿੱਧੂ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ, ਉਹਨਾਂ ਵੱਲੋਂ ਸਟੇਟਮੈਂਟ ਕੱਲ੍ਹ ਜਾਰੀ ਕੀਤੀ ਗਈ। ਹੁਣ ਨਵਜੋਤ ਸਿੰਘ ਸਿੱਧੂ ਨੇ ਅੱਜ 12 ਟਵੀਟ ਕਰਕੇ ਪੂਰਾ ਘੇਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ APS ਦਿਓਲ ਨੂੰ, ਪਰ ਇਹ ਜ਼ਰੂਰ ਹੈ ਕਿ ਫਿਲਹਾਲ ਪੰਜਾਬ ਦੇ AG APS ਦਿਓਲ ਹੀ ਨੇ, ਹਾਲੇ ਤੱਕ ਕੋਈ ਵੀ ਨਵੇਂ ਨਾਂ ਤੇ ਜਿਹੜੀ ਹੈ ਮੋਹਰ ਨਹੀਂ ਲੱਗੀ।
नितिका नवजोत सिंह सिद्धू आज ने किस ना किसी मुद्दे से ट्वीट कर देने ने ते अज उन्होंने ट्वीट किया कि साड़ी जो कांग्रेस पार्टी है वह इंसाफ दे वल नाल सत्ता दे विच आई पर की ट्वीट करना मसलियां दा हल है कि वह सत्ता धिर दे विच ने कि वह कोई ठोस कदम चक नहीं सकदे जिस नाल कि पंजाब दे लोकां नूं इंसाफ मिले कि ट्वीट करना वार पलटवार करन दे नाल मुद्दे हल हो जाणगे। वैसे भी अनुवीर सिर्फ ए जी नूं घेरन नाल कुछ नहीं होएगा, अपनी सरकार तो सवाल पूछन ना, अपने मुख्यमंत्री तो सवाल पूछन ना। तुसी कह रहे हो कि मेरी चन्नी दे नाल कोई भी नाराजगी नहीं है, मैं सिर्फ एक है कि एजी और डीजीपी चेंज कर दो, नवजोत सिंह सिद्धू ये कहंदे ने। पर जे एजी लगाया है वो तो उन्होंने सरकार ने लगाया है ना, मुख्यमंत्री ने लगाया। तुसी एजी नूं घेरन दी बजाय अपने मुख्यमंत्री तो पूछना कि क्यों उन्होंने चेंज नहीं किया, क्योंकि तुसी किसी सीनियर एडवोकेट नूं या फिर एजी नूं तुसी उन्हां दे राइट्स बारे ना समझाओ, उन्हां दे एथिक्स बारे ना समझाओ। उन्होंने पूरी तरह पता है, जो वो भी एपीएस देओल भी तो इस चीज़ को लेकर सवाल चुक सकते हैं ना कि तुसी पहला बीजेपी च रहे हो हुण तुसी कांग्रेस पार्टी दे विच रहे हो, तो तुसी की जस्टिफाई कर पाओगे, क्योंकि 14 साल तुसी एक पार्टी दे नाल जुड़े हो, कुछ साल पहला ही तुसी कांग्रेस दे विच आए हो। तो यही कारण है कि एपीएस देओल कह रहे हैं कि तुसी पॉलिटिकल माइलेज ना लो। जिहड़ा कॉन्स्टिट्यूशनल ऑफिस है यानी कि एजी ऑफिस की जिहड़ी वर्किंग है उहदे विच रुकावट ना पाओ इस तरह की बयानबाजी करके। पर नवजोत सिंह सिद्धू ने कई एक तो बाद एक ट्वीट किए ने, यह तक कह दिता है कि तुसी पहला एक्यूज की तरफ तो पेश हुंदे रहे हो, उदो तुहाडा की इंटरस्ट सीगा, नाल ही हुण कह रहे हो कि स्टेट की तरफ तो पेश हो रहे हो कि तुसी जस्टिफाई कर पाओगे। यह तक कह दिता कि जल्दी ही तुसी जज भी बन जाओगे तो तुसी इस केस नूं भी डिसाइड कर लोगे। उन्हां दा साफ तौर ते कहना है कि ए जी अपना पक्ष जिहड़ा है सरकार की तरफ तो जिहड़ा पक्ष है ਉਹ ਨਹੀਂ ਰੱਖ ਪਾਣਗੇ, ਕਿਉਂਕਿ ਕਨਫਲਿਕਟ ਆਫ ਇੰਟਰਸਟ ਆਉਂਦਾ ਹੈ ਕਿ ਪਹਿਲਾਂ ਤੁਸੀਂ ਅਕਿਊਜ਼ ਦੀ ਤਰਫ ਤੋਂ ਪੇਸ਼ ਹੋ ਰਹੇ ਹੋ ਤੇ ਹੁਣ ਤੁਸੀਂ ਸਰਕਾਰ ਦੀ ਤਰਫ ਤੋਂ ਪੇਸ਼ ਹੋ ਰਹੇ ਹੋ। ਨਾਲ ਹੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਅਕਿਊਜ਼ਡ ਨੂੰ ਜਿਸ ਮਾਮਲੇ ਦੇ ਵਿੱਚ ਜਿਹੜੇ ਆਰੋਪੀ ਸੀਗੇ ਉਹਨਾਂ ਨੂੰ ਤੁਸੀਂ ਬੇਲ ਦਵਾਈਆਂ, ਕੀ ਤੁਸੀਂ ਹਾਲੇ ਤੱਕ ਉਸਨੂੰ ਚੈਲੰਜ ਕੀਤਾ ਜਾਂ ਨਹੀਂ ਕੀਤਾ। ਪਰ ਏ ਜੀ ਆਫਿਸ ਦਾ ਕਹਿਣਾ ਹੈ ਕਿ ਅਸੀਂ ਆਪਣਾ ਕੰਮ ਕਿਵੇਂ ਕਰਨਾ ਸਾਨੂੰ ਪਤਾ ਹੈ, ਤੇ ਲਗਾਤਾਰ क्योंकि जे देखा जाए क्योंकि इस केस दे विच अक्यूज दी तरफ तो पेश होए ने गोलीकांड मामले दे विच, चाहे वह बैबल कला गोलीकांड मामला हो या फिर कोटकपुरा गोलीकांड मामला। यही कारण है कि एजी वालों कहा गया सीगा कि स्पेशल पब्लिक प्रोसीक्यूटर जिहड़ा है लगाया जाए, इसलिए आरएस बैंसू जिहड़ा है लगाया गया सीगा। फिलहाल पर नवजोत सिंह सिद्धू एजी पंजाब ते सवाल चुकन दी थां उन्हां नूं अपनी सरकार तो सवाल पुछने चाहिए ने, पंजाब ते मुख्यमंत्री तो सवाल पुछने चाहिए ने। ਜਨਿਤਿਕਾ ਸਿੱਧੂ ਤੇ ਸੀਐਮ ਚੰਨੀ ਭਾਵ ਜਿੰਨਾ ਮਰਜ਼ੀ ਕਹਿ ਲੈਣਗੇ ਸਾਡੇ ਦੋਵਾਂ ਵਿੱਚ ਸਭ ਕੁਝ ਠੀਕ ਹੈ, ਪਰ ਆਪਾਂ ਇਸ ਗੱਲ ਨੂੰ ਮੁਨਕਰ ਨਹੀਂ ਕਰ ਸਕਦੇ, ਦੋਵਾਂ ਵਿੱਚ ਸਭ ਕੁਝ ਠੀਕ ਨਹੀਂ ਹੈ ਤੇ ਸਭ ਤੋਂ ਵੱਡਾ ਕਾਰਨ ਇਹਦਾ ਇਹੀ ਹੈ ਕਿ ਪੰਜਾਬ ਦੇ ਏਜੀ ਤੇ ਡੀਜੀਪੀ ਦੀ ਨਿਯੁਕਤੀ। ਜੇਕਰ ਕਾਂਗਰਸ ਇਹਨਾਂ ਦੋਵਾਂ ਨੂੰ ਨਹੀਂ ਬਦਲਦੀ ਤਾਂ ਕੀ ਪੰਜਾਬ ਦਾ ਭਲਾ ਹੋ ਪਾਇਆ, ਕਿਉਂਕਿ ਜਦ ਤੱਕ ਸੀਐਮ ਚੰਨੀ ਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਕੰਮ ਨਹੀਂ ਕਰ ਪਾਉਂਦੇ ਨਾ ਤੇ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ ਮੁਮਕਿਨ ਨਹੀਂ ਹੈ, ਇਹ ਕਹਿਣਾ ਵਿਰੋਧੀ ਪਾਰਟੀਆਂ ਦਾ। ਬਿਲਕੁਲ ਦੇਖੋ ਜੇ ਹਾਈ ਕਮਾਂਡ ਦੀ ਵੀ ਗੱਲ ਕੀਤੀ ਜਾਵੇ ਕਾਂਗਰਸ ਦੀ, ਤਾਂ ਉਹਨਾਂ ਵੱਲੋਂ ਕਿਉਂ ਇੰਨੇ ਬਦਲਾਅ ਕੀਤੇ ਗਏ? ਇੱਕੋਦਮ ਪੰਜਾਬ ਦੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਸੁਨੀਲ ਜਾਖੜ ਅਤੇ ਉਹਨਾਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਹੀ ਕਹਿ ਸਕਦੇ ਹਾਂ ਕਿ ਸਹੀ ਦਿਸ਼ਾ ਵਿੱਚ ਆ ਰਹੇ ਸੀਗੇ, ਸਰਕਾਰ ਅਤੇ ਸੰਗਠਨ ਮਿਲ ਕੇ ਕੰਮ ਕਰ ਰਹੇ ਸੀਗੇ। ਪਰ ਨਵਜੋਤ ਸਿੰਘ ਸਿੱਧੂ ਨੂੰ ਜਿਸ ਦਿਨ ਦਾ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਕਾਂਗਰਸ ਦੇ ਵਿੱਚ ਬਵਾਲ ਮਚਿਆ ਹੋਇਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਬਦਲਣਾ ਪਿਆ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਅਤੇ ਨਵੇਂ ਮੁੱਖ ਮੰਤਰੀ ਬਣਾਏ ਗਏ। ਪਰ ਹਾਲੇ ਵੀ ਕਾਂਗਰਸ ਹਾਈ ਕਮਾਂਡ ਲਈ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ, ਕਿਉਂਕਿ ਪੰਜਾਬ ਦੇ ਵਿੱਚ ਹਾਲੇ ਵੀ ਸਰਕਾਰ ਅਤੇ ਸੰਗਠਨ ਜਿਹੜਾ ਹੈ ਉਹ ਮਿਲ ਕੇ ਨਹੀਂ ਚੱਲ ਪਾ ਰਿਹਾ, ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਉਦੋਂ ਤੱਕ ਆਵਾਜ਼ ਚੁੱਕਦਾ ਰਹੂੰਗਾ, ਉਦੋਂ ਤੱਕ ਆਫਿਸ ਆਪਣਾ ਜੁਆਇਨ ਨਹੀਂ ਕਰੂੰਗਾ ਜਦੋਂ ਤੱਕ ਪੰਜਾਬ ਦੇ ਏ ਜੀ ਅਤੇ ਡੀ ਜੀ ਪੀ ਨੂੰ ਨਹੀਂ ਬਦਲਿਆ ਜਾਂਦਾ। ਹਾਲਾਂਕਿ ਜੇ ਦੇਖਿਆ ਜਾਵੇ 50 ਦਿਨ ਜਿਹੜੇ ਨੇ ਉਹ ਲਗਭਗ ਹੋ ਗਏ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣੇ ਹੋਏ, ਅਤੇ ਕੁਛ ਹੀ ਸਮਾਂ ਜਿਹੜਾ ਹੈ ਬਾਕੀ ਰਹਿ ਗਿਆ ਹੈ। ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਮੁੱਦੇ ਹੈ, ਬਹੁਤ ਸਾਰਾ ਕੰਮ ਹੈ ਜਿਹੜਾ ਅਸੀਂ ਕਰਨਾ ਹੈ, ਪਰ ਇਹ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਨਾਰਾਜ਼ਗੀ ਬਾਰ ਬਾਰ ਜ਼ਾਹਿਰ ਕਰ ਰਹੇ ਨੇ, ਅਤੇ ਅੱਜ ਉਹਨਾਂ ਵੱਲੋਂ 12 ਟਵੀਟ ਕਰਕੇ ਪੰਜਾਬ ਦੇ ਏ ਜੀ ਨੂੰ ਘੇਰਨ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕੀਤੀ ਗਈ। ਜਨਿਤਿਕਾ ਸੁਮੇਰ ਸੈਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਲੀਡਰਾਂ ਵੱਲੋਂ ਸਵਾਲ ਚੁੱਕੇ ਨੇ, ਨਵਜੋਤ ਸਿੰਘ ਸਿੱਧੂ ਉਹਨਾਂ ਵਿੱਚੋਂ ਇੱਕ ਸਨ ਜੋ ਕਿ ਹਮੇਸ਼ਾ ਹੀ ਸੁਮੇਰ ਸੈਣੀ ਤੇ ਸਵਾਲ ਚੁੱਕਦੇ ਰਹੇ ਨੇ, ਤੇ ਇਸ ਗੱਲ ਦੇ ਵਿੱਚ ਵੀ ਸੱਚਾਈ ਹੈ ਕਿ ਸੁਮੇਰ ਸੈਣੀ ਦੀ ਪੈਰਵੀ ਕਰਦੇ ਰਹੇ ਨੇ APS ਦਿਓਲ, ਤਾਂ ਕੀ ਪੰਜਾਬ ਦੇ ਵਿੱਚ ਕੋਈ ਹੋਰ ਅਫਸਰ ਨਹੀਂ ਸੀਗਾ, ਕੋਈ ਇੰਨਾ ਕਾਬਿਲ ਅਫਸਰ ਨਹੀਂ ਸੀਗਾ ਜੋ ਕਿ ਕਾਂਗਰਸ ਨੇ APS ਦਿਓਲ ਨੂੰ ਪੰਜਾਬ ਦਾ AG ਲਗਾਇਆ?
देखो ये पहला सोचना चाहिए सी अनुवीर हूँ काफ़ी ज़्यादा जिहड़े देरी हो गई है क्योंकि पहला भी जो पैनल भेजे गए थे डीएस पटवालिया का ना जो सीनियर एडवोकेट ने उन्होंने ना सामने आ रहा है कि उन्होंने एज ही जोड़ा बनाया जाएगा पर जदों एंड नाम सामने आया तो एपीएस देओल का नाम सामने आया तो उदों तो ही सवाल जोड़े चुकने शुरू कर दिए गए थे कि क्यों एपीएस देओल को अपॉइंट किया गया पर जे असं एपीएस देओल की भी गल करिए अजिहा तो है नहीं गा कि वह इको पार्टी या इको सीनियर लीडर वालों या फिर इको ऑफिसर पेश होंगे रहे ने जो सुमेर सैनी लिए पेश हुए ने तो अंदाजी है कि वह कैप्टन अमरिंदर सिंह नाल जुड़े हुए केसिस दे विच भी पेश होंगे रहे ने वह सुखबीर सिंह बादल नाल जुड़े हुए केसिस च भी पेश होंगे रहे ने तो यह उन्हां दी ड्यूटी है कह सकते हैं कि यह प्रोफेशन है उन्हां दा जे असीं नवजोत सिंह सिद्धू की गल करते हैं वह भी तो काफ़ी साल जिहड़े हैं बीजेपी दे विच रहे 14 साल वह बीजेपी दे विच रहे ने उस तो बाद कांग्रेस दे विच आए ने कि वह कांग्रेस दे नाल जस्टिफाई नहीं कर पा रहे उन्हां दी जिहड़ी पॉलिसीज ने या फिर उन्हां दी पॉलिसीज ने उसनू की ओहो लागू नहीं कर पा रहे या उन्होंने जिहड़े भी डिसीजन ले जाते हैं कांग्रेस आला कमान वालों की उसनू नहीं मान रहे तो जो एक पोलिटिकल लीडर हो गए वह अजिहा कर सकते हैं जो कह रहे हैं कि वह कांग्रेस पार्टी के लीडर ने तो साड़ी पार्टी सैक्रिलेज केसिस से बेअदबी मामलों नू लेके जिहड़ी है काम कर रही है तो फिर तुसी किवें एक एडवोकेट सीनियर एडवोकेट से इस तरह के सवाल जिहड़े हैं चुक सकते हो नाल ही जिस तरह मनोवीर मैं पहला भी कहा कि तुसी ए जी ते सवाल चुकन तो पहला अपनी सरकार नू पुछो अपने मुख्यमंत्री नू पुछो कि ये अपॉइंटमेंट्स क्यों कीतियां गईयां।